ਦਿਨ ਸਿਰੇ ਦੀ ਵਾਰੀ ਹੈ ਕਿ ਬੱਡਿਆਂ ਬਜ਼ੁਰਗਾਂ ਦਾ ਹੱਥ ਰਵੇ ਸਿਰ ਤੇ ਰੱਬ ਅੱਗੇ ਹੋਰ ਅਰਦਾਸ ਕਰੀਏ ਰਾਜੇ ਖੇਲੇ ਜੱਗ ਭਾਵੇਂ ਸਾਰਾ ਰਸਲੇ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਮਾਂ ਬਾਪ ਕਦੇ ਨਾ ਨਾਰਾਜ਼ ਕਰੀਏ ਹੁਣ ਵੇਖੋ ਨੌਜਵਾਨ ਗੱਭਰੂ ਟਾਂ ਡਾਣੇ ਵਾਲਾ ਲਵੀ ਕਾਲਿਆ ਉਧਰ ਸਾਡੇ ਵੀਰ ਕਮੈਂਟਰੀ ਤੋਂ ਖੁਸ਼ ਹੋ ਕੇ ਕਹਿੰਦੇ ਸਾਰੇ ਕਮੈਂਟੇਟਰਾਂ ਦੇ ਲਈ ਫਿਰ ਰੈਕੋਟੀ ਆ ਗਿਆ ਚਾਰ ਨੇ ਰੈਕੋਟੀਆਂ ਦੀ ਕਬੱਡੀ ਹੈ ਲੈ ਵੀ ਔਲਖਾਂ ਵਾਲਿਆ ਉਹ ਜਲਾਲਪੁਰੀਆ ਥੋੜਾ ਇੰਜਰਡ ਹੈ ਪਰ ਖੇਡ ਦੇ ਨਾਲ ਫਿਰ ਪ੍ਰਭਾਵਿਤ ਕਰ ਦਿੱਤਾ ਮੈਚ ਮਹੱਤਵਪੂਰਨ ਹੈ ਇਹ ਪੁਆਇੰਟ ਜਾਫੀ ਦੱਸਿਆ ਕਿ ਤਿੱਖੇ ਨੇ ਤੀਰਾਂ ਵਰਗੇ ਤੇਜ ਸ਼ਮਸ਼ੀਰਾਂ ਵਰਗੇ ਕਬੱਡੀ ਦੇ ਵਿੱਚ ਲਓ ਅਗਲੀ ਕਬੱਡੀ ਪਾਉਣ ਦੇ ਲਈ ਛੰਨਾ ਪਿੰਡ ਦਾ ਭੂਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜਰਨੈਲ ਸਿੰਘ ਜੀ ਫਰੂਟੀ ਕਹਿੰਦਾ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਅਮਰਤ ਔਲਖਾਂ ਵਾਲਾ ਜਾਂ ਫਿਰ ਬੂਟਾ ਅੰਦਾਣੇ ਵਾਲਾ ਬੂਟਾ ਅੰਦਾਣੇ ਵਾਲਾ ਬੂਟਾ ਅੰਦਾਣੇ ਵਾਲਾ ਪਹਿਲਾ ਟੂਰਨਾਮੈਂਟ ਖੇਡਿਆ ਅੱਜ ਤਾੜੀ ਮਾਰਦੇ ਸਨੋਜਨ ਦੇ ਨਾਂ ਤੇ $500 ਦੁੱਲੇ ਦਾ ਪੁੱਜ ਗਿਆ ਮਨਜੀਤ ਸਿੰਘ ਜੀ ਢੀਂਸਾ ਸਾਹਿਬ ਪੁੱਜਦਾ ਕਰਦੇ ਹੋ ਉਸ ਖਿਡਾਰੀ ਦੇ ਲਈ ਲਓ ਪੁੱਜ ਗਈ ਮਾਇਆ ਜਿਹੜੀ ਲਓ ਅਗਲੀ ਕਬੱਡੀ ਪਾਉਣ ਦੇ ਲਈ ਰਾਜਕੋਟੀਆ ਗੋਪੀ ਖੇਡ ਮੈਦਾਨ ਦੇ ਵਿੱਚ ਤਿਆਰ ਹੈ ਟਾਂਗੇ ਵਾਲਿਆ ਨੌਜਵਾਨਾਂ ਕੁਝ ਕਰਨਾ ਪੈਣਾ ਹੈ ਲਓ ਪਈ ਹੋਈ ਕਬੱਡੀ ਨੌਜਵਾਨ ਗੱਭਰੂ ਗੋਪੀ ਰਾਜਕੋਟੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਸ ਸਮੇਂ ਕਰਦਾ ਟਰਾਈ ਬੂਟਾ ਨਾਣੇ ਵਾਲਾ ਹਰਿਆਣਾ ਵਾਲਾ ਪੱਟੀ ਹੋਈ ਖੁੱਚ ਜਫਾ ਫੇਰ ਬਰਾਬਰ ਮੇਰੇ ਵੀਰੋ ਉਹ ਮੈਚ ਬਰਾਬਰੀ ਦਾ ਬੋਲਿਆ ਲਓ ਦੁੱਲਾ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਵਿਨੀਪੈਗ ਦੇ ਕੱਪ ਦਾ ਸਵਾਦ ਆ ਰਿਹਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਹੈ 13ਵਾਂ ਕਬੱਡੀ ਕੱਪ ਹੈ ਲਓ ਅਗਲੀ ਕਬੱਡੀ ਤਾੜੀ ਦੇ ਦੋ ਫਾਇਦੇ ਹੋ ਜਾਂਦੇ ਇੱਕ ਤਾਂ ਆਪਦੀ ਐਕਸਰਸਾਈਜ਼ ਹੋ ਜਾਂਦੀ ਹੈ ਇੱਕ ਖਿਡਾਰੀ ਨੂੰ ਹੌਸਲਾ ਮਿਲ ਜਾਂਦਾ ਆਹ ਦੇਖ ਲਓ ਬਾਬਾ ਜੋਗਰਾਮ ਉਹਦਾ ਜਿਹੜਾ ਜੋਗਾ ਉਹ ਪੇਟੈਂਟ ਕਰਾ ਲਿਆ ਅਮਰੀਕਾ ਵਾਲਿਆਂ ਨੇ ਵੀਰੋ ਦੀਪ ਸਿੱਧੂ ਦੀ ਉਹਨਾਂ ਨੌਜਵਾਨਾਂ ਦੀ ਜਿਹਨਾਂ ਦੀ ਯਾਦ ਦੇ ਵਿੱਚ ਮੇਰੇ ਵੀਰੋ ਅੱਜ ਦਾ ਇਹ 13ਵਾਂ ਕਬੱਡੀ ਕੱਪ ਤੁਸੀਂ ਵੇਖ ਰਹੇ ਹੋ ਵਿਨੀਪੈਗ ਕਬੱਡੀ ਐਸੋਸੀਏਸ਼ਨ ਲਾ ਪਈ ਹੋਈ ਕਬੱਡੀ ਤੇ ਅੰਦਾਣੇ ਹਰਿਆਣੇ ਵਾਲਾ ਬੂਟਾ ਲਾ ਕੇ ਜਿਹਾ ਪੁਆਇੰਟ ਆਪਣੀ ਟੀਮ ਦੇ ਸੇ ਜੁੜ ਗਿਆ